ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ। ਤੁਸੀਂ ਦੇਖ ਰਹੇ ਹੋ ਅਜੀਤ ਵੈੱਬ ਟੀਵੀ 'ਤੇ ਹਰ ਹਫ਼ਤੇ ਦੀ ਤਰ੍ਹਾਂ ਹੀ ਪ੍ਰੋਗਰਾਮ ਮਨੋਰੰਜਕ ਦੁਨੀਆ ਲੈ ਕੇ ਹਾਜ਼ਰ ਹਾਂ। ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਔਖੀ ਘੜੀ ਦੇ ਵਿੱਚ ਮਦਦ ਵਾਸਤੇ ਅੱਗੇ ਆਇਆ ਗਿਆ, ਜਿਹਦੇ ਵਿੱਚ ਕਈ ਹੋਰ ਕਲਾਕਾਰਾਂ ਦੇ ਨਾਲ ਨਾਲ ਸੋਨੂ ਸੂਦ ਪਹਿਲੇ ਨੰਬਰ ਦੇ ਉੱਤੇ ਆ। ਦੋ ਉਹਦੇ ਮੁਤਲਕ ਖਬਰਾਂ ਨਵੀਆਂ ਆਈਆਂ, ਯਾਨੀ ਕਿ ਸੋਨੂ ਸੂਦ ਦੇ ਬਾਰੇ। ਆਂਧਰਾ ਪ੍ਰਦੇਸ਼ ਦੇ ਵਿੱਚ ਸੋਨੂ ਸੂਦ ਦੇ ਵੱਲੋਂ ਇੱਕ ਆਕਸੀਜਨ ਪਲਾਂਟ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਬੜੀ ਚੰਗੀ ਗੱਲ ਆ, ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਕੋਈ ਵੀ ਮਦਦ ਵਾਸਤੇ ਇੱਦਾਂ ਦਾ ਉੱਦਮ ਕਰੇ, ਉਹਨੂੰ ਸਲਾਮ ਕਰਨੀ ਬਣਦੀ ਆ, ਉਹਦੀ ਸਿਫਤ ਕਰਨੀ ਬਣਦੀ ਆ, ਉਹਦੀ ਵਡਿਆਈ ਹੋਣੀ ਚਾਹੀਦੀ ਆ, ਤਾਂ ਜੋ ਉਹਨੂੰ ਦੇਖ ਕੇ ਦੋਵਾਂ ਚਾਰਾਂ ਪੰਜਾਂ ਦਸਾਂ ਨੂੰ ਹੋਰ ਵੀ ਜਾਗ ਲੱਗੇ। ਪਰ ਇੱਕ ਹੋਰ ਜਾਣਕਾਰੀ ਆਈ ਆ, ਕਿਉਂਕਿ ਕਈ ਲੋਕ ਆ ਜਿਹੜੇ ਇਸ ਵਕਤ ਕਿਸੇ ਦੇ ਵੀ ਮੁਰੀਦ ਜਦੋਂ ਹੁੰਦੇ ਆ ਤਾਂ ਉਹਨੂੰ ਆਪਣੇ ਤਰੀਕੇ ਦੇ ਨਾਲ ਵਡਿਆਉਂਦੇ ਤਾਂ ਹੈਗੇ ਹੀ ਆ, ਪਰ ਨਾਲ ਨਾਲ ਉਹ ਇੱਕ ਇਹੋ ਜਿਹੀ ਗੱਲ ਕਰਦੇ ਜਿਹਦੇ ਕਰਕੇ ਚੁੰਝ ਚਰਚਾ ਛਿੜਦੀ ਹੈ। ਅਤੇ ਪਿਛਲੇ ਦਿਨੀ ਸੋਨੂ ਸੂਦ ਦੀ ਫੋਟੋ ਦੇ ਉੱਤੇ ਦੁੱਧ ਡੋਲਦਿਆਂ ਦੀ, ਦੁੱਧ ਉਹਦੇ ਉੱਤੇ ਪਾਉਂਦਿਆਂ ਦੀ ਇੱਕ ਤਸਵੀਰ ਵਾਇਰਲ ਹੋਈ, ਜਿਹਦੇ ਕਰਕੇ ਕਵਿਤਾ ਕੌਸ਼ਿਕ ਅਤੇ ਕੁਝ ਕੁ ਸੋਸ਼ਲ ਮੀਡੀਆ ਦੇ ਉੱਤੇ ਹੋਰ ਯੂਜ਼ਰ ਜਾਂ ਜਿਹੜੇ ਉਹਨਾਂ ਦੇ ਵੱਲੋਂ ਇਤਰਾਜ਼ ਕੀਤਾ ਗਿਆ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਸੋਨੂ ਸੂਦ ਦਾ ਕੰਮ ਤਾਂ ਬਹੁਤ ਸੁਲੱਖਣਾ, ਪਰ ਅਸੀਂ ਇਹ ਕੀ ਬੇਵਕੂਫੀ ਕਰ ਰਹੇ ਹਾਂ ਕਿ ਫੋਟੋਆਂ ਦੇ ਉੱਤੇ ਦੁੱਧ ਚੜ੍ਹਾ ਰਹੇ ਹਾਂ। ਗੱਲ ਮੇਰੇ ਖਿਆਲ ਦੇ ਮੁਤਾਬਕ ਬਿਲਕੁਲ ਦਰੁਸਤ ਹੈ। ਤੁਸੀਂ ਕਿਸੇ ਦੇ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹੋ ਸਕਦੇ ਹਾਂ, ਪਰ ਇਹਨੂੰ ਅੰਧ ਵਿਸ਼ਵਾਸ ਕਹਿ ਲਈਏ, ਇਹਨੂੰ ਬਿਨਾਂ ਗੱਲੋਂ ਰਵਾਇਤ ਬਣਾਈ ਕਹਿ ਲਈਏ, ਫੋਟੋਆਂ ਦੇ ਉੱਤੇ ਦੁੱਧ ਪਾਉਣ ਦੇ ਨਾਲ ਕੁਝ ਨਹੀਂ ਹੁੰਦਾ ਗਾ, ਨਾ ਇੱਦਾਂ ਉਮਰ ਲੰਮੀ ਹੋਣੀ ਆ, ਨਾ ਕੁਝ ਹੋਰ ਹੋਣਾ। ਜੇਕਰ ਅਸੀਂ ਕਿਸੇ ਦੇ ਮੁਰੀਦ ਹਾਂ, ਜੇਕਰ ਅਸੀਂ ਚਾਹੁੰਦੇ ਹਾਂ ਕਿ ਉਹਦੀ ਉਮਰ ਲੰਮੀ ਹੋਵੇ, ਤਾਂ ਸਾਨੂੰ ਚਾਹੀਦਾ ਕਿ ਅਸੀਂ ਆਪ ਵੀ ਉਹਦੇ ਵਰਗੇ ਬਣ ਜਾਈਏ, ਅਸੀਂ ਆਪ ਵੀ ਆਪਣਾ ਇੱਕ ਗਰੁੱਪ ਬਣਾਈਏ, ਅਸੀਂ ਆਪ ਪਿੰਡ ਵਾਲੇ, ਸ਼ਹਿਰ ਵਾਲੇ, ਕਸਬੇ ਵਾਲੇ, ਜਥੇਬੰਦੀਆਂ ਵਾਲੇ ਇਕੱਠੇ ਹੋ ਗਏ ਅਤੇ ਜੋ ਕੰਮ ਸੋਨੂ ਕਰ ਰਿਹਾ ਉਹਦੇ ਵਾਂਗੂ ਅਸੀਂ ਵੀ ਕੰਮ ਕਰਨਾ ਸ਼ੁਰੂ ਕਰੀਏ। ਅਸੀਂ ਇਕੱਲਾ ਵਡਿਆਈਏ ਨਾ ਕਿਸੇ ਨੂੰ ਵੀ ਉਹਨੇ ਤਾਂ ਵੱਟ ਕੱਢਤੇ, ਉਹਨੇ ਕਮਾਲ ਕਰਤੀ, ਉਹ ਕਿਸੇ ਦੀ ਮਦਦ ਲਈ ਕਿਉਂ ਨਹੀਂ ਬੋੜਿਆ, ਇਹਨੂੰ ਐਂ ਜਾਣਾ ਚਾਹੀਦਾ ਸੀ। ਇਕੱਲੀਆਂ ਰਾਇਆਂ ਦੇਣ ਦੀ ਕੋਈ ਜ਼ਰੂਰਤ ਨਹੀਂ ਆ। ਸੋਨੂ ਸੂਦ ਜਾਂ ਜਿਹੜੇ ਵੀ ਲੋਕ ਤੁਹਾਡੇ ਆਲੇ ਦੁਆਲੇ ਪਿੰਡ, ਸ਼ਹਿਰ, ਕਸਬੇ ਦੇ ਵਿੱਚ ਕੰਮ ਕਰਦੇ ਆ, ਉਹਨਾਂ ਵਰਗੇ ਬਣਨ ਦੀ ਰੀਸ ਕਰਗੇ। ਫਿਰ ਸਾਨੂੰ ਦੇਖ ਕੇ ਕੋਈ ਹੋਰ ਕੰਮ ਕਰੇ, ਉਹਨਾਂ ਨੂੰ ਦੇਖ ਕੇ ਕੋਈ ਹੋਰ ਕੰਮ ਕਰੇ, ਮਸਲੇ ਦਾ ਹੱਲ ਤਾਂ ਹੋਣਾ। ਪਰ ਜੇਕਰ ਅਸੀਂ ਇੱਕ ਦੋ ਪੰਜਾਂ ਦਸਾਂ ਵੀਹਾਂ ਬੰਦਿਆਂ ਨੂੰ ਵਡਿਆਈ ਗਏ ਵੀ ਉਹ ਬਹੁਤ ਕਮਾਲ ਕਰਦੇ ਆ, ਫਲਾਣੀ ਥਾਂ ਦੇ ਉੱਤੇ ਵੇਲੇ ਸਿਰ ਪਹੁੰਚ ਗਏ ਸੀ, ਫਲਾਣੀ ਥਾਂ 'ਤੇ ਪਹੁੰਚੇ ਨਹੀਂ, ਇਹ ਬਹੁਤ ਮਾੜੀ ਗੱਲ ਕੀਤੀ ਉਹਨਾਂ ਨੇ, ਜਿੱਥੇ ਉਹ ਨਹੀਂ ਪਹੁੰਚਦੇ ਉੱਥੇ ਆਪ ਪਹੁੰਚਣਾ ਸ਼ੁਰੂ ਕਰ ਦਈਏ। ਪਰ ਅਸੀਂ ਆਮ ਤੌਰ ਦੇ ਉੱਤੇ ਉਸ ਗੱਲ ਦੀ ਚੋਣ ਕਰਦੇ ਜਿਹੜੀ ਸਾਨੂੰ ਸੌਖੀ ਜਿਹੀ ਲੱਗਦੀ ਹੈ, ਕਿਉਂਕਿ ਦੁੱਧ ਪਾਉਣਾ ਘਰ ਦੇ ਵਿੱਚ ਹੀ ਜਾਂ ਕਿਸੇ ਹੋਰ ਮੋੜ ਦੇ ਉੱਤੇ ਆ ਕੇ ਤਾਂ ਸਾਨੂੰ ਸੌਖਾ ਕੰਮ ਲੱਗਦਾ। ਔਖਾ ਕੰਮ ਇਹ ਹੈ ਵੀ ਅਸੀਂ ਲੋਕਾਂ ਦਾ ਇੱਕ ਸਮੂਹ ਬਣਾਈਏ, ਅਸੀਂ ਲੋੜਵੰਦਾਂ ਦੀ ਮਦਦ ਕਰੀਏ, ਅਤੇ ਜੇਕਰ ਅਸੀਂ ਇਹਨਾਂ ਔਖੇ ਕੰਮਾਂ ਦੇ ਨਾਲ ਮੱਥਾ ਲੱਗੇ, ਅਸੀਂ ਲੋੜਵੰਦਾਂ ਦੀ ਮਦਦ ਕਰੀਏ, ਤਾਂ ਸਾਡੀ ਵੀ ਸਿਫਤ ਹੋਊਗੀ। ਤੇਰੀ ਸੇਵਾ ਮੁਕਤ ਪ੍ਰਗਟ ਜੁਗਤ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਮੁਕਤ ਪ੍ਰਗਟ ਜੁਗਤ ਤੇਰੀ ਕੋਰੋਨਾ ਮਹਾਮਾਰੀ ਦੇ ਕਰਕੇ ਜਿਵੇਂ ਹਸਪਤਾਲਾਂ ਵਿੱਚ ਜ਼ਿੰਦਗੀਆਂ ਰੁਲ ਰਹੀਆਂ, ਹਰ ਰੋਜ਼ ਬਹੁਤ ਸਾਰੀਆਂ ਖਬਰਾਂ ਸਭ ਦੇ ਸਾਹਮਣੇ ਆਉਂਦੀਆਂ। ਕਦੇ ਕਿਤੋਂ ਦੁਖਦਾਈ ਖਬਰ ਆਉਂਦੀ ਆ, ਕਦੇ ਕਿਤੋਂ ਦੁਖਦਾਈ ਖਬਰ ਆਉਂਦੀ ਹੈ। ਕੁਝ ਇੱਕ ਹਸਪਤਾਲਾਂ ਨੂੰ ਛੱਡ ਕੇ ਬਹੁ ਗਿਣਤੀ ਹਸਪਤਾਲਾਂ ਨੇ ਜਿਵੇਂ ਲੋਕਾਂ ਦਾ ਚੰਮ ਲਾਉਣਾ ਸ਼ੁਰੂ ਕੀਤਾ, ਅਤੇ ਮਰੇ ਪਿਆਰ ਨੂੰ ਵੈਂਟੀਲੇਟਰ ਦੇ ਉੱਤੇ ਪਾ ਕੇ ਅਤੇ ਪੈਸੇ ਬਟੋਰੀ ਜਾਂਦੇ ਆ, ਉਹਦੇ ਉੱਤੇ ਰਹਿ ਰਹਿ ਕੇ ਦੁੱਖ ਹੁੰਦਾ। ਦੁਨੀਆ ਦੇ ਕਿਸੇ ਹੋਰ ਦੇਸ਼ ਦੇ ਵਿੱਚ ਸ਼ਾਇਦ ਇਹਦਾ ਨਾ ਹੁੰਦਾ ਹੋਵੇ, ਪਰ ਇਹ ਭਾਰਤ ਦੇ ਵਿੱਚ ਹੀ ਸਾਰਾ ਕੁਝ ਆ, ਜਾਂ ਆਪਣੇ ਵਰਗੇ ਕੋਈ ਇੱਕ ਦੋ ਦੇਸ਼ ਹੋਰ ਹੋਣਗੇ, ਪਰ ਭਾਰਤ ਦੀ ਮਹਾਨਤਾ ਨੂੰ ਇਹੀ ਲੋਕ ਖੋਰਾ ਲਾਉਂਦੇ ਆ, ਇਹੀ ਸੱਟ ਮਾਰਦੇ ਆ, ਇਹੀ ਮੁੱਕ ਚੁੱਕੀ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਆ। ਕਿਉਂਕਿ ਹਸਪਤਾਲਾਂ ਦੇ ਵਿੱਚ ਜਦੋਂ ਕੋਈ ਜਾਂਦਾ, ਉਸ ਤੋਂ ਬਾਅਦ ਮਰਜ਼ੀ ਦੇ ਟੈਸਟ, ਮਰਜ਼ੀ ਦੀਆਂ ਦਵਾਈਆਂ, ਮਰਜ਼ੀ ਦੇ ਬੈੱਡ ਚਾਰਜ, ਮਰਜ਼ੀ ਦਾ ਆਕਸੀਜਨ ਚਾਰਜ, ਪਤਾ ਨਹੀਂ ਕੀ ਕੀ ਕੁਝ ਹੁੰਦਾ। ਮੇਰਾ ਇੱਕ ਜਾਣਕਾਰ ਆ, ਉਹ ਕਹਿੰਦਾ ਜੀ ਕਿ ਮੈਂ ਆਪਣੇ ਬਾਪੂ ਜੀ ਨੂੰ ਹਸਪਤਾਲ ਦੇ ਵਿੱਚ ਲੈ ਕੇ ਗਿਆ, 17 ਲੱਖ ਰੁਪਈਆ ਲੈ ਲਿਆ ਸਾਡੇ ਕੋਲੋਂ, ਅਤੇ ਫਿਰ ਵੀ ਕਹਿੰਦੇ ਜੀ ਕਿ ਤੁਸੀਂ ਬਾਪੂ ਜੀ ਨੂੰ ਲੈ ਕੇ ਨਹੀਂ ਜਾਣਾ, ਅਸੀਂ ਹੱਥ ਜੋੜਤੇ ਉਹਨਾਂ ਦੇ ਮੂਹਰੇ ਕਿ ਸਾਨੂੰ ਜਾਣ ਦਿਓ, ਸਾਡਾ ਬਾਪੂ ਜੀ ਜਹਾਨੋਂ ਤੁਰ ਜੇ ਜਾਂ ਨਾ ਤੁਰੇ, ਬਚ ਜੇ ਨਾ ਬਚ ਜੇ, ਹੁਣ ਤਾਂ ਸਾਡੇ ਕੋਲ ਕੁਝ ਦੇਣ ਨੂੰ ਵੀ ਹੈ ਨਹੀਂਗਾ। ਅਤੇ ਫਿਰ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਲੜਾਈ ਝਗੜਾ ਕਰਨ ਤੋਂ ਬਾਅਦ ਸਾਡੇ ਬਾਪੂ ਜੀ ਨੂੰ ਉੱਥੋਂ ਡਿਸਚਾਰਜ ਕੀਤਾ, ਅਸੀਂ ਕਿਸੇ ਹੋਰ ਹਸਪਤਾਲ 'ਚ ਲੈ ਕੇ ਗਏ ਹਾਂ, 3-4 ਲੱਖ ਰੁਪਈਆ ਉੱਥੇ ਲੱਗਾ, ਅਤੇ ਸਾਡੇ ਬਾਪੂ ਜੀ ਫਿਰ ਤੰਦਰੁਸਤ ਹੋਏ ਆ। ਬਹੁਤ ਸਾਰੇ ਲੋਕਾਂ ਦੀ ਪੀੜ, ਬਹੁਤ ਸਾਰੇ ਲੋਕਾਂ ਦੇ ਤਜਰਬੇ ਇਹੋ ਜਿਹੇ ਆ। ਪਰ ਸੰਭਾਵਨਾ ਸੇਠ ਜਿਹੜੀ ਕਿ ਫਿਲਮੀ ਅਦਾਕਾਰ ਆ, ਉਹਦੇ ਪਿਤਾ ਦੀ ਪਿਛਲੇ ਦਿਨੀ ਮੌਤ ਹੋ ਗਈ, ਇਹ ਜਾਣਬੁੱਝ ਇਹ ਗੱਲ ਅਸੀਂ ਤਾਂ ਕਰਦੇ ਕਿਉਂਕਿ ਜਿਹੜੀਆਂ ਮਸ਼ਹੂਰ ਹਸਤੀਆਂ ਉਹਨਾਂ ਨੂੰ ਵੀ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਉਹਦੇ ਪਿਤਾ ਨੂੰ ਕੋਰੋਨਾ ਹੋਇਆ, ਹਸਪਤਾਲ ਦੇ ਵਿੱਚ ਉਹ 8 ਮਿੰਟ ਦੀ ਵੀਡੀਓ ਦੀ ਵਾਇਰਲ ਹੋਈ ਹੈ, ਬਹੁਤ ਵੱਡੇ ਪੱਧਰ ਦੇ ਉੱਤੇ ਉਹ ਸਵਾਲ ਵੀ ਚੁੱਕ ਰਹੀ ਆ ਹਸਪਤਾਲ ਦੇ ਪ੍ਰਬੰਧਕਾਂ ਦੇ ਉੱਤੇ, ਫੁੱਟ ਫੁੱਟ ਕੇ ਰੋ ਵੀ ਰਹੀ ਹੈ, ਹਸਪਤਾਲ ਦੇ ਪ੍ਰਬੰਧਕਾਂ ਨੂੰ ਇਹ ਵੀ ਗੱਲ ਕਹਿ ਰਹੀ ਹੈ ਕਿ ਮੇਰੇ ਬਾਪੂ ਨੂੰ ਆਕਸੀਜਨ ਦੀ ਜ਼ਰੂਰਤ ਹੈ, ਪਰ ਉਹਦੀ ਕਿਸੇ ਨੇ ਸੁਣੀ ਨਹੀਂ। ਹੁਣ ਜਦੋਂ ਬਾਪੂ ਜਹਾਨੋਂ ਕੂਚ ਕਰ ਗਿਆ,
ਤਾਂ ਉਹਨੇ ਲੋਕਾਂ ਨੇ ਮੂਹਰੇ ਬਹੁਤ ਸਾਰੇ ਸਵਾਲ ਵੀ ਕੀਤੇ ਆ ਅਤੇ ਲੋਕਾਂ ਨੂੰ ਬੇਨਤੀ ਵੀ ਕੀਤੀ ਆ ਕਿ ਆਪਾਂ ਇਹਨਾਂ ਲੋਟੂ ਟੋਲਿਆਂ ਦੇ ਖਿਲਾਫ਼ ਇਕੱਠੇ ਹੋ ਗਏ। ਕਹਿਣ ਦਾ ਭਾਵ ਇਹ ਆ ਵੀ ਭਾਰਤ ਦੇ ਕਿਸੇ ਵੀ ਹਿੱਸੇ ਦੀ ਗੱਲ ਕਰ ਲਈਏ, ਮੰਦੜੀਆਂ ਖਬਰਾਂ ਇਹੋ ਜਿਹੀਆਂ ਬਹੁਤ ਸਾਰੀਆਂ ਆਈਆਂ। ਕੰਗਣਾ ਰਣੌਤ ਸਮੇਂ ਸਮੇਂ ਦੇ ਉੱਤੇ ਕਈ ਮਸਲਿਆਂ ਦੇ ਉੱਤੇ ਬੋਲਦੀ ਆ, ਜਿਹਦੇ ਵਿੱਚੋਂ 90% ਮਸਲਿਆਂ ਦੇ ਵਿੱਚ ਉਹਦਾ ਬੋਲਣਾ ਬਣਦਾ ਨਹੀਂ, ਉਹਦੇ ਵੱਲੋਂ ਬੇਥਵੀਆਂ ਜਦੋਂ ਮਾਰੀਆਂ ਜਾਂਦੀਆਂ ਅਤੇ ਕਈ ਲੋਕ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਆ। ਅੰਨੀ ਸ਼ਰਧਾ ਵਾਲੇ ਲੋਕ ਜੋ ਮਰਜ਼ੀ ਕਹਿੰਦੇ ਹੋਣ, ਪਰ ਜੋ ਤਰਕ ਵਾਲੇ ਲੋਕ ਆ ਉਹ ਜਾਣਦੇ ਆ ਕਿ ਫਿਲਮ ਤੋਂ ਬਿਨਾਂ ਇਹਨੂੰ ਹਰ ਗੱਲ ਆਉਂਦੀ ਆ, ਪਰ ਇਹਨੂੰ ਫਿਲਮ ਦੇ ਵਿੱਚ ਕੰਮ ਕਰਨ ਵੱਲ ਖਿਆਲ ਕਰਨਾ ਚਾਹੀਦਾ, ਬਾਕੀ ਉਰਲੀਆਂ ਪਰਲੀਆਂ ਦੇ ਵੱਲ ਨਹੀਂ। ਪਰ ਜੇ ਉਰਲੀਆਂ ਪਰਲੀਆਂ ਨਾ ਕਰੂੰ ਤਾਂ ਫਿਰ ਵਾਈ ਪਲੱਸ ਸਿਕਿਉਰਿਟੀ ਕਿਵੇਂ ਰਹੂਗੀ, ਇਹ ਵੀ ਇੱਕ ਸਵਾਲ ਆ। ਪਰ ਦੂਜੀ ਗੱਲ ਇਹ ਹੈ ਕਿ ਹੁਣ ਤੱਕ ਕਦੇ ਉਹਦੇ ਵੱਲੋਂ ਟਵਿੱਟਰ ਦੇ ਉੱਤੇ, ਕਦੇ ਇੰਸਟਾਗ੍ਰਾਮ ਦੇ ਉੱਤੇ ਕਈ ਮਸਲਿਆਂ ਦੇ ਉੱਤੇ ਬੋਲਿਆ ਜਾਂਦਾ ਔਰਤਾਂ ਦੇ ਮਾਮਲਿਆਂ ਦੇ ਉੱਤੇ, ਕਿਉਂਕਿ ਹੁਣ ਟਵਿੱਟਰ ਅਕਾਊਂਟ ਤਾਂ ਬੰਦ ਹੋ ਗਿਆ, ਅੱਜ ਕੱਲ੍ਹ ਵਾਰੀ ਆ ਇੰਸਟਾਗ੍ਰਾਮ ਦੀ। ਉਹ ਔਰਤਾਂ ਦੀ ਆਜ਼ਾਦੀ ਦੀ ਗੱਲ ਵੀ ਕਰਦੀ ਹੈ, ਔਰਤਾਂ ਨੂੰ ਬਰਾਬਰ ਦਾ ਰੁਤਬਾ ਕਿਉਂ ਨਹੀਂ ਮਿਲਦਾ, ਫਿਲਮੀ ਖੇਤਰ ਦੇ ਵਿੱਚ ਔਰਤਾਂ ਨੂੰ ਕਿਵੇਂ ਪਿੱਛੇ ਰੱਖਿਆ ਜਾਂਦਾ, ਇਹਦੇ ਬਾਰੇ ਗੱਲਾਂ ਕਰਦੀ ਆ। ਪਰ ਉਹਦਾ ਇੱਕ ਪਰਸਨਲ ਬੋਡੀ ਗਾਰਡ ਆ, ਉਹਦੇ ਉੱਤੇ ਜਬਰ ਜਨਾਹ ਦੇ ਦੋਸ਼ ਲੱਗੇ ਆ, ਜਬਰ ਜਨਾਹ ਅਤੇ ਠੱਗੀ ਠੋਰੀ ਦੇ ਦੋਸ਼ ਲੱਗੇ ਆ। ਉਹਦੇ ਨਾਲ ਬਿਲਕੁਲ ਉਵੇਂ ਰਹਿੰਦਾ ਬੋਡੀ ਗਾਰਡ ਜਿਵੇਂ ਕਿ ਸਲਮਾਨ ਖਾਨ ਦੇ ਨਾਲ ਸ਼ੇਰਾ ਰਹਿੰਦਾ। ਪਰ ਹੁਣ ਜਦੋਂ ਉਹਦੇ ਉੱਤੇ ਦੋਸ਼ ਲਾਏ ਆ 8 ਸਾਲ ਪੁਰਾਣੀ ਇੱਕ ਮਿੱਤਰ ਕੁੜੀ ਨੇ ਵੀ ਇਹਨੇ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਬਹੁਤ ਵਾਰ ਕੀਤਾ ਅਤੇ ਹੁਣ ਇਹ ਵਿਆਹ ਤੋਂ ਵੀ ਮੁੱਕਰ ਗਿਆ, ਤਾਂ ਕੰਗਣਾ ਰਣੌਤ ਬੋਲੀ ਨਹੀਂ, ਉਹਨੇ ਇਸ ਮਸਲੇ ਦੇ ਉੱਤੇ ਇੱਕ ਸ਼ਬਦ ਮੂੰਹ ਦੇ ਵਿੱਚੋਂ ਨਹੀਂ ਕੱਢਿਆ। ਸ਼ਾਇਦ ਉਹ ਜਾਣਦੀ ਹੈ ਕਿ ਇਹ ਮਾਮਲਾ ਮੇਰੇ ਤੱਕ ਪਹੁੰਚਣ ਵਾਲਾ, ਇਹ ਮੇਰੇ ਬੋਡੀਗਾਰਡ ਨਾਲ ਜੁੜਿਆ ਹੋਇਆ, ਅਤੇ ਜੇ ਕਿਸੇ ਹੋਰ ਦਾ ਬੋਡੀਗਾਰਡ ਹੁੰਦਾ ਤਾਂ ਇਹਨੇ ਪਾਣੀ ਪੀ ਪੀ ਕੇ ਨਿੰਦਣਾ ਵੀ ਬਹੁਤ ਸੀ। ਪਰ ਹੁਣ ਉਹਨੂੰ ਦੱਸਣਾ ਚਾਹੀਦਾ ਕਿ ਉਹ ਕਿੰਨੀ ਪਾਰਦਰਸ਼ੀ ਸੋਚ ਦੀ ਮਾਲਕ ਆ, ਉਹ ਕਿਵੇਂ ਔਰਤ ਦੇ ਹੱਕ ਦੇ ਵਿੱਚ ਖੜੀ ਹੈ। ਗਲਤ ਨੂੰ ਗਲਤ ਕਹਿਣਾ ਚਾਹੀਦਾ, ਉਹ ਕਹਿੰਦੀ ਹੁੰਦੀ ਹੈ ਕਿ ਮੈਂ ਤਾਂ ਆਪਣੇ ਬਾਪੂ ਨੂੰ ਨਹੀਂ ਬਖਸ਼ਿਆ, ਮੇਰਾ ਬਾਪੂ ਗਲਤ ਆ, ਪਰ ਹੁਣ ਬੋਡੀਗਾਰਡ ਸਹੀ ਆ, ਇਹਦਾ ਮਤਲਬ ਇਹ ਹੋਇਆ। ਸੋ ਕਹਿਣ ਦਾ ਭਾਵ ਇਹ ਆ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਹੜੇ ਕਿ ਮੌਕੇ ਦੇ ਮੁਤਾਬਕ ਰੰਗ ਵਟਾਉਂਦੇ ਆ, ਗਿਰਗਟ ਤਾਂ ਅਸੀਂ ਐਵੇਂ ਬਦਨਾਮ ਕੀਤਾ। ਗੁਰਪ੍ਰੀਤ ਘੁੱਗੀ ਜਿਹੜਾ ਕਿ ਪੰਜਾਬੀਆਂ ਦਾ ਜਾਣਿਆ ਪਛਾਣਿਆ ਚਿਹਰਾ, ਉਹਦੇ ਵੱਲੋਂ ਪਿਛਲੇ ਦਿਨੀ ਕੋਰੋਨਾ ਵੈਕਸੀਨ ਵੀ ਲਵਾਈ ਗਈ ਹੈ ਅਤੇ ਉਹਦੇ ਵੱਲੋਂ ਇੱਕ ਹਸਪਤਾਲ ਦੇ ਵਿੱਚ ਜਾ ਕੇ ਜਿੱਥੇ ਆਕਸੀਜਨ ਦਾ ਲੰਗਰ ਲਾਇਆ ਗਿਆ, ਉੱਥੇ ਵੀ ਸੰਗਤ ਨੂੰ ਲੋਕਾਂ ਨੂੰ ਬੇਨਤੀ ਕੀਤੀ ਗਈ ਆ ਕਿ ਵੱਧ ਚੜ੍ਹ ਕੇ ਆਪਾਂ ਨਿੱਠ ਕੇ ਲੋਕਾਂ ਦੀ ਮਦਦ ਵਾਸਤੇ ਅੱਗੇ ਆਈਏ। ਉੱਥੇ ਗੱਲਾਂ ਬੜੀਆਂ ਖੂਬਸੂਰਤ ਕੀਤੀਆਂ ਘੁੱਗੀ ਨੇ। ਉਹਨੇ ਇਹ ਗੱਲ ਕਹੀ ਹੈ ਜੀ ਕਿ ਇਸ ਵਕਤ ਜਦੋਂ ਮਹਾਂਮਾਰੀ ਹੈ, ਸਾਡੀਆਂ ਸਰਕਾਰਾਂ ਨਕਮੀਆਂ ਨਲਾਇਕ ਫੇਲ ਸਾਬਤ ਹੋਈਆਂ। ਇਹ ਤਾਂ ਆਮ ਲੋਕ ਜਿਹੜੇ ਕਿ ਦਾਨੀ ਆ, ਇਹ ਤਾਂ ਆਮ ਲੋਕ ਜਿਹੜੇ ਕਿ ਦਰਿਆ ਦਿਲ ਆ ਅਤੇ ਹਮਦਰਦ ਆ, ਉਹਨਾਂ ਦੇ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਮਦਦ ਕੀਤੀ ਗਈ ਆ ਸਮੇਂ ਸਮੇਂ ਦੇ ਉੱਤੇ, ਤਾਂ ਕਰ ਵੀ ਰਹੇ ਆ। ਪਰ ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਭੁਆਂਟਣੀ ਦਿੱਤੀ ਆ ਲੋਕਾਂ ਦੀਆਂ ਭਾਵਨਾਵਾਂ ਨੂੰ, ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਮਸਲੇ ਦਰਕਿਨਾਰ ਕੀਤੇ ਆ, ਸਰਕਾਰਾਂ ਸਿਰਫ ਵੋਟਾਂ ਵਾਸਤੇ ਆ, ਵੋਟਾਂ ਤੋਂ ਬਾਅਦ ਕੋਈ ਮਰਦਾ ਕੋਈ ਜਿਉਂਦਾ, 1000 ਮਰ ਜੇ, 50,000 ਮਰ ਜੇ, 5 ਲੱਖ ਮਰ ਜੇ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸੋ ਗੱਲ ਉਹਨਾਂ ਦੀ ਆਪਣੀ ਥਾਂ ਦੇ ਉੱਤੇ ਸਹੀ ਹੈ। ਅਤੇ ਗੁਰਪ੍ਰੀਤ ਘੁੱਗੀ ਅਤੇ ਕੁਝ ਹੋਰ ਕਲਾਕਾਰ ਕਿਸਾਨੀ ਮਾਮਲੇ ਦੇ ਉੱਤੇ ਵੀ ਨਿੱਠ ਕੇ ਬੋਲ ਰਹੇ ਆ। ਬਾਰਡਰ ਦੇ ਉੱਤੇ ਬੈਠੇ ਕਿਸਾਨਾਂ ਨੂੰ 6 ਮਹੀਨੇ ਪੂਰੇ ਹੋਣ ਵਾਲੇ ਆ, ਆਪਾਂ ਜਾਣਦੇ ਕਿ 26 ਮਈ ਨੂੰ 6 ਮਹੀਨੇ ਪੂਰੇ ਹੋ ਜਾਣੇ ਆ। ਉਹਦੇ ਮੱਦੇਨਜ਼ਰ ਵੀ ਨਿੱਠ ਕੇ ਕਲਾਕਾਰਾਂ ਨੂੰ ਅੱਗੇ ਆਉਣਾ ਚਾਹੀਦਾ, ਕਿਉਂਕਿ ਕਲਾਕਾਰਾਂ ਦਾ ਜਿਹੜਾ 90% ਤੋਂ ਵੱਧ ਹਿੱਸਾ ਵੈਸੇ ਤਾਂ 100% ਆ, ਫਿਲਮ ਕੋਈ ਇਸ ਵਕਤ ਲੱਗਦੀ ਨਹੀਂ ਇਸ ਕਰਕੇ ਵਿਹਲਾ, ਕੋਈ ਸ਼ੋਅ ਇਸ ਵਕਤ ਲੱਗਦਾ ਨਹੀਂ ਇਸ ਕਰਕੇ ਵਿਹਲਾ। ਇਹਦਾ ਮਤਲਬ ਇਹ ਨਹੀਂ ਕਿ ਜੇ ਕਦੋਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਸ਼ੋਅ ਬਣਦਾ ਤਾਂ ਇਹਦਾ ਮਤਲਬ ਇਹ ਕਿ ਇੱਧਰਲਾ ਬਾਹਰ ਨਹੀਂ ਜਾ ਸਕਦਾ, ਬਾਹਰਲਾ ਇੱਧਰ ਨਹੀਂ ਆ ਸਕਦਾ। ਇਸ ਕਰਕੇ ਜਦੋਂ ਆਪਾਂ ਵਿਹਲੇ ਹਾਂ, ਜਦੋਂ ਆਪਾਂ ਫ੍ਰੀ ਹਾਂ, ਤਾਂ ਫਿਰ ਆਪਾਂ ਨੂੰ ਉਵੇਂ ਹੀ ਬਾਰਡਰਾਂ ਦੇ ਉੱਤੇ ਫਿਰ ਜਾਣਾ ਚਾਹੀਦਾ ਜਿਵੇਂ ਕਿ ਅਸੀਂ ਸ਼ੁਰੂਆਤ ਦੇ ਵਿੱਚ ਜਾਂਦੇ ਸੀ। ਪਰ ਹੁਣ ਵਿਰਲੇ ਟਾਵੇਂ ਕਲਾਕਾਰ ਆ ਜਿਹੜੇ ਉੱਧਰਲੇ ਪਾਸੇ ਗੇੜਾ ਮਾਰਦੇ ਆ, ਬਾਕੀ ਸਾਰੇ ਫੇਸਬੁੱਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਆਈ ਲਵ ਫਾਰਮਰ ਹੀ ਲਿਖਦੇ ਆ, ਪਰ ਨਿੱਠ ਕੇ ਨਾਲ ਖੜਨਾ ਚਾਹੀਦਾ, ਕਿਉਂਕਿ ਜੇਕਰ ਆਪਾਂ ਨੂੰ ਲੋਕ ਪਿਆਰ ਕਰਦੇ ਆ, ਆਪਾਂ ਇਹਨਾਂ ਲੋਕਾਂ ਦਾ ਦਿੱਤਾ ਹੋਇਆ ਹੀ ਹੁਣ ਤੱਕ ਖਾਧਾ, ਇਹਨਾਂ ਲੋਕਾਂ ਨੇ ਪ੍ਰੋਗਰਾਮ ਲਵਾਏ ਅਤੇ ਇਹਨਾਂ ਲੋਕਾਂ ਨੇ ਫਿਲਮਾਂ ਦੇਖੀਆਂ, ਨਾਲ ਡਟ ਕੇ ਖੜਨਾ ਚਾਹੀਦਾ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ, ਅਗਲੇ ਹਫ਼ਤੇ ਮਨੋਰੰਜਕ ਦੁਨੀਆ ਤਹਿਤ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਮਿਹਰਬਾਨੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ।